एसएसपी बटाला उपिंदरजीत सिंह घुम्मन के दिशा निर्देश के चलते डीएसपी वरिंदरप्रीत सिंह दीयां हिदायतां ते पुलिस जिला बटाला के ट्रैफिक इंचार्ज गुरमीत सिंह अते पुलिस थाना कादियां दे एसएचओ इंस्पैक्टर सुदेश कुमार शर्मा की अगवाई हेठ ट्रैफिक पुलिस के एएसआई देशराज वल्लों पुलिस पार्टी समेत पुलिस थाना कादियां नज़दीक शहीद भगत सिंह चौंक सामने नूर होस्पिटल कादियां दे कोल गणतंत्र दिवस के मद्देनज़र वाहनों की चैकिंग की गई ਅਤੇ ਅਧੂਰੇ ਕਾਗਜ਼ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਕਾਦੀਆਂ ਏਐਸਆਈ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸ਼ਹਿਰ ਅੰਦਰ ਪੁਲਿਸ ਦੀ ਗਸ਼ਤ ਨੂੰ ਤੇਜ਼ ਕੀਤਾ ਗਿਆ ਹੈ ਅਤੇ ਵੱਖ-ਵੱਖ ਥਾਵਾਂ ਤੇ ਪੁਲਿਸ ਪਾਰਟੀ ਦੀਆਂ ਟੀਮਾਂ ਵੱਲੋਂ ਨਾਕੇਬੰਦੀ ਕਰਵਾਈ ਗਈ ਹੈ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। 4 ਜੀ 26 ਜਨਵਰੀ ਤੱਕ ਕਰਕੇ ਚੈੱਕ ਕਰ ਰਹੇ ਆ ਵੀ ਕਲਰ ਜਿਹੜਾ ਕੋ ਕਾਗਜ਼ ਦੂਰੇ ਉਹਨਾਂ ਚਲਾ ਕੱਟ ਰਹੇ ਨੇ ਵੀ ਮਾੜੀ ਘਟਨਾ ਨਾ ਹੋ ਚੁੱਕੇ ਜਿਹੜਾ ਕਰਕੇ ਚਲਾ ਕਰਨੇ ਸਰਕਾਰ ਨੂੰ ਐਸ ਐਸ ਪੀ ਦੇ ਤੁਹਾਨੂੰ ਸਾਹਿਬ ਨੂੰ ਐਸ ਐਚ ਓ ਕਾਲੀਆਂ ਨੂੰ ਪਤਾ ਜੀ